ਸੋ ਇਸ ਵੇਲੇ ਗਰਾਊਂਡ ਦੇ ਵਿੱਚ ਮੌਜੂਦ ਆ ਤੇ ਮੇਰੇ ਨਾਲ ਬਾਈ ਸੰਦੀਪ ਨੰਗਲੰਬੀਆਂ ਤੇ ਸਾਰੀ ਉਹ ਟੀਮ ਆ ਉਹਨਾਂ ਦੇ ਨਾਲ ਮੌਜੂਦ ਆ ਜਿਨ੍ਹਾਂ ਦਾ ਇਸ ਟੂਰਨਾਮੈਂਟ ਦੇ ਵਿੱਚ ਬੜਮੁੱਲਾ ਯੋਗਦਾਨ ਆ ਕਿਉਂਕਿ ਬਹੁਤ ਤਿਆਰੀਆਂ ਚੱਲ ਰਹੀਆਂ ਨੇ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਨੇ? ਹਾਂ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਭ ਤੋਂ ਤੁਹਾਡਾ ਥੈਂਕ ਯੂ, ਤੁਸੀਂ ਅੱਜ ਆਏ ਆ ਸਾਡੇ ਸਪੈਸ਼ਲ ਪਿੰਡ ਤੇ ਦਰਸ਼ਕਾਂ ਨੂੰ ਸਾਡੀਆਂ ਜੋ ਤਿਆਰੀਆਂ ਦਿਖਾਉਣ ਲਈ ਧੰਨਵਾਦ ਤੁਹਾਡਾ। ਅੱਛਾ ਬਾਈ, ਤਿਆਰੀਆਂ ਕਿਵੇਂ? ਕੱਲ੍ਹ ਦੇ ਸੁਪਰ ਕਬੱਡੀ ਕੱਪ ਲਈ ਤਿਆਰੀਆਂ ਫੁੱਲ ਨੇ? ਹਾਂਜੀ ਭਾਅ ਜੀ, ਪੂਰੀਆਂ ਤਿਆਰੀਆਂ ਜ਼ੋਰਾਂ 'ਤੇ ਚੱਲਦੀ ਸਾਡੀ ਜੀ। ਅਤੇ ਕੱਲ੍ਹ ਨੂੰ ਜਿੱਦਾਂ ਤੁਹਾਨੂੰ ਪਤਾ ਹੀ ਹੈ, 5ਵਾਂ ਸੁਪਰ ਕਬੱਡੀ ਕੱਪ 6 ਫਰਵਰੀ ਨੂੰ ਕੱਲ੍ਹ ਨੂੰ ਹੋਣ ਜਾ ਰਿਹਾ ਅਤੇ ਲੋਕਾਂ 'ਚ, ਦਰਸ਼ਕਾਂ 'ਚ, ਇਲਾਕੇ 'ਚ, ਸਾਰੇ ਪੰਜਾਬ 'ਚ, NRI 'ਚ ਬਹੁਤ ਸ਼ਾਹ ਆ, ਬਹੁਤ ਫੋਨ ਆ ਰਹੇ ਆ ਅਤੇ ਸਾਡੀਆਂ ਤਿਆਰੀਆਂ ਪੂਰੀਆਂ ਜੀ। ਅੱਛਾ ਬਾਈ, ਇੱਕ ਗੱਲ ਦੱਸ ਦਿਉ, ਮੈਂ ਇੱਥੇ ਦੇਖ ਰਿਹਾ ਸੀਗਾ ਤਿਆਰੀਆਂ ਕਰਨ ਲੱਗਿਆਂ ਨੂੰ, ਕਿੰਨੇ ਕੁ ਦਿਨ ਹੋ ਚੁੱਕੇ ਆ? ਭਾਅ ਜੀ ਸਾਨੂੰ ਤਕਰੀਬਨ ਮੇਰਾ ਮਹੀਨਾ 17 ਜਨਵਰੀ ਦੇ ਹੈ ਨਾ ਜੀ, ਅਤੇ ਉਦੋਂ ਤੁਹਾਡੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀਗੀਆਂ ਅਤੇ ਅੱਜ ਵੀ ਹੁਣ ਚੱਲਦੀਆਂ, ਹੁਣ ਜਿੱਦਾਂ ਮਤਲਬ ਅੰਤਿਮ ਤਿਆਰੀਆਂ, ਅੰਤਿਮ ਰੂਪ ਕਹਿ ਲਓ, ਸਟੇਡੀਅਮ ਇੱਕ ਹੁਣ ਸਾਰੇ ਟਰਾਲੀਆਂ ਟਰੱਕ ਲੱਗ ਰਹੇ ਆ ਅਤੇ ਇਸ ਤਰ੍ਹਾਂ ਤੋਂ ਤੁਹਾਡਾ ਸ਼ੁਰੂ ਹੋਇਆ ਕੰਮ ਜੀ। ਸੰਦੀਪ ਭਾਈ, ਮੈਂ ਕੱਲ੍ਹ ਵੀ ਤੁਹਾਡੀ ਲਾਈਵ ਵੀਡੀਓ ਦੇਖ ਰਿਹਾ ਸੀਗਾ, ਜਿਹੜੇ ਦਰਸ਼ਕ ਆ ਇੱਥੇ ਬੜੇ ਦੂਰੋਂ ਆਉਣਗੇ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਪਰ ਫਿਰ ਵੀ ਕਿੱਥੋਂ ਫੋਨ ਆ ਰਹੇ ਨੇ ਦਰਸ਼ਕਾਂ ਦੇ? ਭਾਅ ਜੀ ਬਹੁਤ ਦੂਰੋਂ ਫੋਨ, ਹਰਿਆਣੇ 'ਚੋਂ, ਰਾਜਸਥਾਨ ਤੋਂ, ਅੱਜ ਮੁੰਡੇ ਉਹ ਸ਼ਾਮ ਨੂੰ ਪਹੁੰਚ ਜਾਣੇ ਆ, ਠੀਕ ਹੈ, ਖਨੌਰੀ, ਪਾਤੜਾਂ, ਮਾਝੇ 'ਚੋਂ, ਹਰ ਜਗ੍ਹਾ ਤੋਂ ਫੋਨ, ਜਿੰਨਾ ਪੰਜਾਬ ਹਰ ਜਗ੍ਹਾ ਤੋਂ ਫੋਨ ਆ ਰਿਹਾ ਵੀ ਸਾਡੇ ਰਹਿਣ ਦਾ, ਅਸੀਂ ਰਹਿਣ ਦਾ ਪ੍ਰਬੰਧ ਕੀਤਾ ਜੀ, ਇੱਥੇ ਸਾਡੇ ਪਿੱਛੇ ਕੰਮ ਵਾਲੇ ਆ, ਸਾਡੇ ਤੋਂ ਗੁਰਦੁਆਰੇ ਹਾਲ ਆ, ਉੱਥੇ ਹੀ ਸਾਰੇ ਮੈਟ ਬਿਸਤਰ ਵਿਛਾ ਕੇ ਅਤੇ ਰਹਿਣ ਦਾ ਪ੍ਰਬੰਧ ਕੀਤਾ ਜੀ। ਸੋ ਹੋਰ ਵੀ ਬਾਈ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਅੰਕਲ ਜੀ, ਕਿੱਦਾਂ ਤਿਆਰੀਆਂ ਚੱਲ ਰਹੀਆਂ ਨੇ? ਮੈਂ ਦੇਖ ਰਿਹਾ ਬੜੀਆਂ ਟਰਾਲੀਆਂ ਲੱਗੀਆਂ ਨੇ, ਕਿੰਨੀਆਂ ਕੁ ਟਰਾਲੀਆਂ ਲੱਗੀਆਂ ਹੋਈਆਂ ਨੇ ਗਰਾਊਂਡ ਦੇ ਵਿੱਚ? ਭਾਅ ਜੀ ਇਸ ਟਾਈਮ 40 ਟਰਾਲੀਆਂ ਲੱਗ ਗਈਆਂ ਵਾ ਅਤੇ ਤਕਰੀਬਨ 20 ਟਰੱਕ ਆਪਣੇ ਕੋਲ ਆ ਦਰਸ਼ਕਾਂ ਦੇ ਬੈਠਣ ਵਾਸਤੇ, ਅਤੇ ਤਕਰੀਬਨ ਅੰਦਰ ਕੁਰਸੀ 4000 ਕੁਰਸੀ ਵੀ ਲੱਗੂਗੀ, ਸਾਰਾ ਦਰਸ਼ਕਾਂ ਵਾਸਤੇ ਹੀ ਆ, ਜੋ ਕੁਛ ਵੀ ਹੈਗਾ ਦਰਸ਼ਕਾਂ ਵਾਸਤੇ ਹੀ ਹੈ। ਅੱਛਾ, ਤੁਹਾਡਾ ਇਹੀ ਪਿੰਡ ਆ? ਮੇਰਾ ਪਿੰਡ ਕੋਟਲਾ ਸੂਰਜਮੱਲ ਆ, ਪਰ ਇਹਨਾਂ ਭਰਾਵਾਂ ਨਾਲ ਆਪਣਾ ਬਹੁਤ ਪ੍ਰੇਮ ਆ ਅਤੇ ਇਸ ਕਰਕੇ ਆ ਸਾਰੀ ਤਿਆਰੀ ਆਪਾਂ ਤਕਰੀਬਨ ਭਾਅ ਜੀ ਫੌਜੀ ਉਹਨਾਂ ਦੇ ਨਾਲ ਰਲ ਕੇ ਇਹ ਸਾਰੀ ਤਿਆਰੀ ਆਪਾਂ ਕਰਾਈ ਆ ਨਾਲ। ਅੱਛਾ, ਇੱਕ ਚੀਜ਼ ਜਿਹੜੀ ਮੈਂ ਦੇਖ ਰਿਹਾ ਸੀਗਾ, ਉੱਧਰ ਸਟੈਪ ਜਿਹੜੇ ਬਣਾਏ ਗਏ ਆ ਦਰਸ਼ਕਾਂ ਦੇ ਬੈਠਣ ਦੇ ਲਈ, ਗਰਾਊਂਡ ਉੱਚੀ ਹੈ ਅਤੇ ਉਹ ਸਟੈਪ ਬਣਾਏ ਗਏ ਨੇ, ਉਹ ਬਹੁਤ ਵਧੀਆ ਕੀਤਾ ਗਿਆ ਅਟੈਂਪਟ ਉਹ? ਭਾਅ ਜੀ ਇਹ ਦੇਖੋ, ਇਹ ਪਿੰਕੇ ਸ਼ੇਖੂ ਹੋਣਾ ਨੇ ਭਾਅ ਜੀ ਹੋਣਾ ਨੇ ਪਹਿਲਾਂ ਡਰਾਇੰਗ ਬਣਾਈ ਸੀਗੀ, ਫਿਰ ਉਸੇ ਅਕੋਰਡਿੰਗ ਸਾਰਾ ਆਪਾਂ ਚੱਲ ਰਹੇ ਹਾਂ ਉਹ 2-3 ਸਾਲਾਂ ਤੋਂ, ਅਤੇ ਇਹਦੇ ਨਾਲ ਇੱਦਾਂ ਹੁੰਦੀ ਆ ਵੀ ਸਾਡੀ ਕਪੈਸਿਟੀ, ਦਰਸ਼ਕਾਂ ਦੇ ਬੈਠਣ ਦੀ ਕਪੈਸਿਟੀ ਵੱਧ ਜਾਂਦੀ ਆ, ਕੁਰਸੀਆਂ ਜ਼ਿਆਦੀਆਂ ਲੱਗ ਜਾਂਦੀਆਂ ਵਾ, ਅਤੇ ਇਸ ਕਰਕੇ ਇਹ ਸਾਰਾ ਕਰਨਾ ਪੈਂਦਾ ਆਪਾਂ ਨੂੰ। ਸੋ ਗਰਾਊਂਡ ਉੱਚੀ ਰੱਖੀ ਹੈ, ਦਰਸ਼ਕਾਂ ਨੂੰ ਵਿਊ ਵੀ ਪੂਰਾ ਮਿਲਦਾ ਆ। ਹਾਂਜੀ, ਹੋਰ ਵੀ ਬਾਈ ਇੱਥੇ ਜਿਹੜੇ, ਬਾਈ ਜੀ ਤੁਹਾਡਾ ਇਹ ਪਿੰਡ ਨੰਗਲੰਬੀਆ ਜੀ? ਆਪਣਾ ਆਪਣੇ ਵੀਰ ਜੀ ਸੰਦੀਪ ਜੀ, ਭਾਅ ਜੀ ਨੇ ਬਹੁਤ ਮਿਹਨਤ ਕੀਤੀ, ਆਪਣੇ ਨਾਂ ਇੰਡੀਆ ਆ ਗਈ, ਆਪਣੇ ਵੱਲ ਸਾਰੇ ਨਾਂ, ਆਪਣੇ ਕਬੱਡੀ ਦਾ ਨਾਂ ਨੰਗਲੰਬੀਆ ਨਾਂ ਬਣਾ ਤਾ, ਕਿਸੇ ਨੂੰ ਪਤਾ ਨਹੀਂ ਨੰਗਲੰਬੀਆ ਹੈ ਕਿੱਥੇ ਆ, ਪਰ ਇਹ ਸੰਦੀਪ ਭਾਅ ਜੀ ਆਪਣੇ ਪਿੰਡ ਦਾ ਨਾਂ ਸਾਰੇ ਵੱਡ। ਤੁਹਾਡੇ ਨਾ ਸੰਦੀਪ ਭਾਅ ਜੀ ਤੋਂ ਛੱਡ ਕੇ ਪਿੰਡ ਦੇ ਲੋਕਾਂ ਦੇ ਵਿੱਚ, ਇਸ ਇਲਾਕੇ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ ਇਸ ਕੱਪ ਲਈ? ਇਹ ਟਾਈਮ ਲੱਗ ਲੱਗ ਕਿੰਨੇ ਪਿੰਡ ਆਪਣੇ ਆ, ਸਾਰਿਆਂ ਦਾ ਬਹੁਤ ਜੋ ਨਾਲ, ਸਾਰਿਆਂ ਵੀਰਾਂ ਦਾ, ਭਰਾਵਾਂ ਦਾ, ਆਪਣੇ ਮਿੱਠੂ ਭਾਅ ਜੀ ਨਾਲ, ਕਿਰਾਏ ਨਾਲ ਮਾਰ ਲਿਆ ਉਦੋਂ ਦੇ ਲੱਗੇ ਨਾਲ, ਬਹੁਤ ਵਧੀਆ ਪ੍ਰਬੰਧ ਸਾਰੇ ਪਿੰਡ ਦੇ ਨਾਲ, ਵੀਰ ਭਰਾ ਸਾਰੇ ਇਕੱਠੇ ਹੋ ਕੇ ਆਪਣੇ ਕਰਦੇ ਆ। ਇਹ ਸਾਡੇ ਜੀ ਭਰਾ ਮਿੱਠੂ ਸਾਡੇ ਪਿੰਡ ਤੋਂ ਜੀ, ਜਿੰਨੀ ਕਰਾਈ ਸੇਵਾ ਪਹਿਲੇ ਤੋਂ ਲੈ ਕੇ ਸਾਰੀ ਸਾਡੇ ਵੀਰ ਨੇ ਕੀਤੀ ਆ, ਅਤੇ ਚਲੋ 10 ਮਿੰਟ। ਹਾਂਜੀ, ਪੂਰੀ ਆਪਾਂ ਸੇਵਾ ਕੀਤੀ ਭਾਅ ਜੀ। ਇਹ ਸਾਡੇ ਪਿੰਡ ਦਾ ਜੀ ਸਿੰਦਰੀ ਕਬੱਡੀ ਖੇਡਦਾ ਜੀ, ਇਹ ਸਾਡੇ ਵੀਰ ਨੇ ਜਿੰਨੀ ਕੰਪਿਊਟਰ ਦੀ ਸੇਵਾ, ਇਹ ਸਾਰਾ ਗਰਾਊਂਡ 'ਚ ਲੈਵਲ ਪਹਿਲਾਂ 2-3 ਦਿਨ ਵੀ ਮਾਰਿਆ, ਇਹ ਸਾਡੇ ਸਿੰਦਰੀ ਨੇ ਸਾਰੀ ਸੇਵਾ ਕੀਤੀ ਆ ਜੀ, ਅਤੇ ਇਹਦਾ ਅਸੀਂ ਆਪਣੇ ਨਗਰ ਵੱਲੋਂ, ਪਿੰਡ ਵੱਲੋਂ ਅਤੇ ਫਟੇ ਵੱਲੋਂ ਧੰਨਵਾਦ ਕਰਦੇ ਹਾਂ ਜੀ। ਅੱਛਾ, ਬਾਈ ਦਾ ਕੰਪਿਊਟਰ ਕਰਾ ਦਾ ਕੰਮ ਹੈ? ਹਾਂਜੀ ਹਾਂਜੀ, ਉਹ ਕਰਦਾ ਜੀ। ਸੋ ਗਰਾਊਂਡ ਦਾ ਬਾਈ ਬਹੁਤ ਵਧੀਆ ਲੈਵਲ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਅੱਛਾ, ਜਿਵੇਂ ਸੰਦੀਪ ਬਾਈ ਦੱਸ ਰਹੇ ਸੀ, ਬਾਈ ਅੰਗਰੇਜ਼ ਸਿੰਘ ਫੌਜੀ, ਬਹੁਤ ਸਾਰੇ ਸਾਰੇ ਇੱਥੇ ਜਿੰਨੇ ਖੜੇ ਨੇ, ਟੀਮ ਵਰਕ ਹੈ ਸਾਰਿਆਂ ਦਾ, ਵੱਡਾ ਸਹਿਯੋਗ ਹੈ, ਪਰ ਬਾਈ ਵੀ ਪਹਿਲੇ ਦਿਨ ਤੋਂ ਇਸ ਤਿਆਰੀ ਦੇ ਵਿੱਚ ਲੱਗੇ ਹੋਏ ਨੇ। ਬਾਈ ਕੀ ਹਾਲ ਚਾਲ ਨੇ? ਵਧੀਆ ਭਾਅ ਜੀ, ਵਧੀਆ, ਬਹੁਤ ਵਧੀਆ ਭਾਅ ਜੀ। ਕਿਵੇਂ ਬਾਈ, ਤਿਆਰੀਆਂ ਫੁੱਲ ਨੇ? ਤਿਆਰੀਆਂ ਭਾਅ ਜੀ ਫੁੱਲ ਚੱਲੀ ਜਾਣੀਆਂ ਜੀ, ਐਂਡ ਤਾਂ ਚੱਲੀ ਜਾਣੀਆਂ ਜੀ, ਸਵੇਰ ਤਾਂ ਵੀ ਚੱਲੀ ਜਾਣੀਆਂ ਜੀ। ਅੱਛਾ, ਦਰਸ਼ਕ ਕੀ ਅੰਦਾਜ਼ਾ ਹੈ, ਕਿੰਨੀ ਕੁ ਗਿਣਤੀ ਦੇ ਵਿੱਚ ਹੋਣਗੇ? ਭਾਅ ਜੀ ਦਰਸ਼ਕਾਂ ਦਾ ਹਰੇਕ ਸਾਲ ਹੀ ਵੱਧਦਾ, ਜਿੰਨਾ ਹੀ ਮਤਲਬ ਕਿ ਕਰਦੇ ਹਾਂ ਉਹ ਤੋਂ ਡਬਲ ਹੀ ਹੁੰਦਾ, ਜਿੰਨੇ ਆਪਾਂ ਕਰਦੇ ਹਾਂ ਬੈਠਣ ਵਾਸਤੇ ਉਹ ਤੋਂ ਡਬਲ ਬਾਹਰ ਫੇਰ ਵੀ ਘੁੰਮਦੇ ਰਹਿ ਜਾਂਦੇ ਦਰਸ਼ਕ। ਨੰਗਲੰਬੀਆਂ ਦੇ ਕੱਪ ਦੀ ਜਿਹੜੀ ਇੱਕ ਵਿਲੱਖਣਤਾ ਦੀ ਗੱਲ ਕਰੀਏ, ਦਰਸ਼ਕਾਂ ਨੂੰ ਜਿਵੇਂ ਕਹਿ ਰਹੇ ਹਾਂ ਕਿ ਬੈਠਿਆਂ ਨੂੰ ਉੱਥੇ ਲੰਗਰ ਪਾਣੀ ਪੁੱਜਦਾ ਕੀਤਾ ਜਾਊਗਾ, ਕਿਹੋ ਜਿਹੀ ਤਿਆਰੀ ਹੈ? ਹਾਂਜੀ ਹਾਂਜੀ ਭਾਅ ਜੀ, ਤਿਆਰੀ ਫੁੱਲ ਆ, ਅੱਗੇ ਤਾਂ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਸੀ ਉਹ ਐਰਕੀ ਅਸੀਂ ਹੋਰ ਉਹਨੂੰ ਕਲੀਅਰ ਕੀਤਾ, ਜਿੱਦਾਂ ਅੰਦਰ ਆਪਣੇ ਕੁਰਸੀਆਂ ਦੇ ਹੋਣੇ, ਉਹਨਾਂ ਨੇ 4000 ਰੋਲ, ਪਿੱਛੇ ਟਰਾਲੀਆਂ ਵਾਸਤੇ 6000 ਰੋਲ, ਇੱਦਾਂ ਉਹ ਮਤਲਬ ਕਿ ਬੈਠਿਆਂ ਨੂੰ ਮਿਲੂਗਾ, ਮਤਲਬ ਕਿ ਰੋਲ ਪੈਕ ਹੋਣਗੇ, ਉਹ 2 ਵਜੇ ਆਪਾਂ ਉਹਨਾਂ ਨੂੰ ਡਿਊਟੀ ਲਾਈ, ਜਿੱਦਾਂ 10-15 ਇੱਕ ਟੀਮ ਬਣਾਈ ਆ, ਉਹਨਾਂ 2 ਵਜੇ ਉਹ ਲੰਗਰ ਵੰਡਣਾ ਸ਼ੁਰੂ ਕਰ ਦੇਣਾ। ਅਤੇ ਬਾਈ ਜਿਹੜੇ ਆ ਸਟੈਪ ਬਣੇ ਹੋਏ, ਅੱਗੇ ਚਿਹਰਾ ਲੱਗਣਗੀਆਂ, ਇਹਨਾਂ ਦੇ ਲਈ ਪਾਸ ਸਿਸਟਮ ਲੱਗੇਗਾ? ਇਹਨਾਂ ਲਈ ਭਾਅ ਜੀ ਪਾਸ ਸਿਸਟਮ ਹੈ, ਦੋਨੇ ਜਿਹੜੇ 4 ਲਾਈਨਾਂ
ਆ ਗਈਆਂ ਗਰਾਊਂਡ ਤੇ ਦਰਸ਼ਕਾਂ ਦੇ ਲੰਗਰ ਦੇ ਪ੍ਰਬੰਧ ਪੂਰੇ ਨੇ ਕੋਈ ਉਹਨਾਂ ਲਈ ਕੂਪਨ ਲੱਕੀ ਡਰਾ ਵਗੈਰਾ ਵੀ ਕੱਢੇ ਜਾ ਰਹੇ ਇਸ ਵਾਰ ਹਾਂਜੀ ਹਾਂਜੀ ਭਾਅ ਜੀ ਉਹਨਾਂ ਵਾਸਤੇ ਹੈਗਾ ਵਾ ਪਲਟੀਨੇ ਮੋਟਰਸਾਈਕਲ ਆ ਦੋ ਕੱਢੇ ਆਪਾਂ ਅੱਛਾ ਦੋ ਪਲਟੀਨੇ ਮੋਟਰਸਾਈਕਲ ਕੱਢੇ ਜਾਣਗੇ ਹਾਂ ਜਿਹੜੇ ਲੱਕੀ ਦੇ ਮੈਂਬਰ ਬਣਨਗੇ ਉਹਨਾਂ ਨੂੰ ਦੋ ਪਲਟੀਨੇ ਮੋਟਰਸਾਈਕਲ ਦਿੱਤੇ ਜਾਣਗੇ ਸੋ ਨੰਗਾ ਲੰਬੀਆ ਕੱਪ ਤੇ ਆਉਣ ਵਾਲੇ ਦਰਸ਼ਕ ਜਿੱਥੇ ਮੈਚਾਂ ਦਾ ਵੀ ਪੂਰਾ ਆਨੰਦ ਮਾਣਨਗੇ ਉੱਥੇ ਦੋ ਪਲੈਟੀਨਾ ਮੋਟਰਸਾਈਕਲ ਆ ਜਿਹੜੇ ਲੱਕੀ ਡਰਾਅ ਦੇ ਵਿੱਚ ਰੱਖੇ ਗਏ ਨੇ ਦੇਖੋ ਕਿਹੜੇ ਦਰਸ਼ਕਾਂ ਨੂੰ ਮਿਲਣਗੇ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਭਾਅ ਜੀ ਸਾਰਿਆਂ ਧੰਨਵਾਦ ਸੋ ਇਸ ਕੱਪ ਲਈ ਦੇਖਣ ਲਈ ਜਿੱਥੇ ਦਰਸ਼ਕ ਬੜੇ ਦੂਰੋਂ ਨੇੜਿਓਂ ਪੰਜਾਬ ਭਰ ਦੇ ਇਲਾਕੇ ਦੇ ਵਿੱਚ ਆਉਣਗੇ ਵਿਦੇਸ਼ਾਂ ਦੇ ਵਿੱਚੋਂ ਵੀ ਸਾਡੇ NRI ਭਰਾ ਆਏ ਨੇ ਜਿਨ੍ਹਾਂ ਦੇ ਵੱਡੇ ਯੋਗਦਾਨ ਨੇ ਇਸ ਸੁਪਰ ਕਬੱਡੀ ਕੱਪ ਦੇ ਲਈ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਬਾਈ ਜੀ ਬਹੁਤ ਬਹੁਤ ਅਤੇ ਬਾਈ ਅਮਨ ਲੋਪੋ ਵੀ ਸਾਡੇ ਨਾਲ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਹਿਬ ਭਰਾ ਠੀਕ ਠਾਕ ਹੋ ਜੀ ਤੁਹਾਡੀ ਟੀਮ ਦਾ ਬਲਜੀਤ ਵੀਰੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਤੁਸੀਂ ਕਦੋਂ ਪੁੱਜੇ ਇਸ ਕੱਪ 'ਤੇ ਮੈਂ ਹੁਣੀ ਆਇਆ ਜੀ ਥੋੜ੍ਹਾ ਟਾਈਮ ਪਹਿਲਾਂ ਹੀ ਅਤੇ ਤਿਆਰੀਆਂ ਚੱਲ ਰਹੀਆਂ ਜੀ ਬਹੁਤ ਵਧੀਆ ਇਸ ਸਾਲ ਬਾਈ ਅੰਗਰੇਜ਼ ਫੌਜੀ ਦੀ ਬਹੁਤ ਮਿਹਨਤ ਆ ਜਿਹੜੀ ਬੋਲਦੀ ਆ ਸਾਰੇ ਨੰਗਾ ਲੰਬੀਆਂ ਪਿੰਡ ਦੀ ਜਿੰਨੀ ਬਾਈ ਦੀ ਟੀਮ ਆ ਸਾਰਿਆਂ ਨੇ ਬਹੁਤ ਵਧੀਆ ਮਿਹਨਤ ਕੀਤੀ ਆ ਜੀ ਅਤੇ ਬਹੁਤ ਵਧੀਆ ਐਂਕੀ ਆ ਪਿਛਲੇ ਸਾਲ ਨਾਲੋਂ ਵੀ ਵੱਡੇ ਪੱਧਰ 'ਤੇ ਪ੍ਰਬੰਧ ਕੀਤਾ ਗਿਆ ਜੀ ਜਿੱਦਾਂ ਅੱਗੇ ਕੁਰਸੀਆਂ ਜਾਂ ਪ੍ਰਬੰਧ ਘੱਟ ਪੈ ਜਾਂਦੇ ਕਿਉਂਕਿ ਪੰਜਾਬ ਦੇ ਵਿੱਚ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਾਤਾ ਪੰਜਾਬ ਕੌਰ ਦੀ ਕਿਰਪਾ ਦੇ ਨਾਲ ਇਹ ਕੱਪ ਹੁਣ ਸਭ ਤੋਂ ਟੌਪ 'ਤੇ ਆ ਜੀ ਅਤੇ ਜਿੰਨਾ ਪਿਛਲੇ ਸਾਲ ਕੋਈ ਕਮੀਆਂ ਰਹਿ ਗਈਆਂ ਸੀ ਬਾਈ ਫੌਜੀ ਦਾ ਅਸੂਲ ਹੀ ਆ ਉਹ ਕਾਪੀ 'ਤੇ ਨੋਟ ਕਰ ਲੈਂਦਾ ਹੁੰਦਾ ਅਤੇ ਵੀ ਅਗਲੇ ਸਾਲ ਉਹ ਕੋਸ਼ਿਸ਼ ਕਰਦਾ ਹੁੰਦਾ ਵੀ ਉਹ ਕਮੀ ਨਾ ਰਹੇ ਐਂ ਕਿ ਬਹੁਤ ਵਧੀਆ ਚੱਲ ਰਿਹਾ ਜੀ ਸਿਸਟਮ ਬਹੁਤ ਵਧੀਆ ਪ੍ਰਬੰਧ ਆ ਜੀ ਗਰਾਊਂਡ ਦੇ ਕੱਲ੍ਹ ਦੇ ਆਪਣੇ ਦੁੱਕੀ ਪਿੰਡਰ ਬਾਈ ਸੱਤ ਝਨੇੜੀ ਬਹੁਤ ਵਧੀਆ ਗਰਾਊਂਡ ਦੀ ਸੇਵਾ ਕਰ ਰਹੇ ਆ ਪੂਰਾ ਵਧੀਆ ਗਰਾਊਂਡ ਪਲੇਅਰਾਂ ਲਈ ਕਿਉਂਕਿ ਸਭ ਤੋਂ ਜ਼ਰੂਰੀ ਧਿਆਨ ਹੁੰਦਾ ਜੀ ਗਰਾਊਂਡ ਦਾ ਗਰਾਊਂਡ ਬਹੁਤ ਵਧੀਆ ਬਣੀ ਆ ਜੀ ਅਤੇ ਆਪਣੇ NRI ਵੀਰ ਜਿਹੜੇ ਇਸ ਖੇਡ ਕਲੱਬ ਦੇ ਨਾਲ ਜੁੜੇ ਹੋਏ ਆ ਜਾਂ ਫਿਰ ਇਸ ਖੇਡ ਮੇਲੇ ਦੇ ਨਾਲ ਜੁੜੇ ਹੋਏ ਆ ਕਿਹੜੇ ਕਿਹੜੇ ਵੀਰ ਪੁੱਜ ਰਹੇ ਨੇ ਹਾਂਜੀ ਜਿੱਥੇ NRI ਵੀਰ ਜਿਹੜੇ ਨੰਗਲੰਬੀਆਂ ਕਬੱਡੀ ਕੱਪ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਆ ਆਪਣੇ ਭਾਈ ਸ਼ੀਰਾ ਫਰਾਂਸ ਜੀ ਜਿਹੜਾ ਫਸਟ ਪ੍ਰਾਈਜ਼ ਦਿੰਦੇ ਆ ਅਤੇ ਗੁਰਜੀਤ ਬਾਈ ਵੀ ਆ ਗਿਆ UK ਤੋਂ ਆਪਣੇ ਸ਼ੀਰਾ ਔਲਖ ਮੇੜੂ ਜੀ ਉਹ ਪਹੁੰਚ ਗਏ ਆ ਬਲਵਿੰਦਰ ਚੱਠਾ ਜੀ ਇਹ ਉਹ ਸਾਡੇ ਪਹੁੰਚੇ ਹੋਏ ਆ ਅਤੇ ਆਪਣੇ ਬਈ ਰਾਇਆ ਕੈਨੇਡਾ ਤੋਂ ਇਹ ਵੀ ਆਏ ਹੋਏ ਆ ਅਤੇ ਸਮੁੱਚੀ ਅੰਟਾਰੀਓ ਫੈਡਰੇਸ਼ਨ ਦੇ ਨੁਮਾਇੰਦੇ ਮਲਕੀਤ ਦਿਓਲ ਰਾਣਾ ਸਿੱਧੂ ਸਰਦਾਰੀ ਟੀ ਵੀ ਵਾਲੇ ਅਤੇ ਕਾਲਾ ਹਾਂਸ ਉਹ ਪਹੁੰਚੇ ਹੋਏ ਆ ਉਸ ਤਰ੍ਹਾਂ ਵੈਨਕੂਵਰ ਫੈਡਰੇਸ਼ਨ ਤੋਂ ਵੀ ਪਹੁੰਚੇ ਹੋਏ ਆ ਅਤੇ ਅਮੈਰੀਕਾ ਤੋਂ ਆਪਣੀ ਜਿਹੜੀ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਨਾਲ ਬੇਰੀਆ ਸਪੋਰਟਸ ਕਲੱਬ ਦੇ ਨਾਲ ਜੁੜੇ ਹੋਏ ਕੁਲਵੰਤ ਸਿੰਘ ਸੁੰਨੜ ਹੋਣੀ ਉਹਨਾਂ ਦੇ ਜਿੰਨੇ ਵੀ ਸਪੋਰਟਰ ਹੋਰ ਆ ਤੀਰਥ ਗਾਖਲ ਭਾਅ ਜੀ ਉਹਨਾਂ ਦੇ ਜਿੰਨੇ ਸਾਥੀ ਬਲਜੀਤ ਸੰਧੂ ਹੋਣਾ ਦੇ ਅਤੇ ਇੱਕ ਟਣਵਾਲ ਬ੍ਰਦਰ ਉਹ ਵੀ ਪਹੁੰਚੇ ਹੋਏ ਆ ਹੋਰ ਇੰਗਲੈਂਡ ਤੋਂ ਜਿੰਨੇ ਸੰਦੀਪ ਦੇ ਮਿੱਤਰ ਆ ਉਹ ਸਾਰੇ ਤਕਰੀਬਨ ਆਏ ਹੋਏ ਆ ਜਿੰਨੀਆਂ ਕਲੱਬਾਂ ਆਪਣੀਆਂ ਫੈਡਰੇਸ਼ਨ ਦੇ ਵਿੱਚ ਖੇਡਦੀਆਂ ਕਿਉਂਕਿ ਮੇਜਰ ਲੀਗ ਫੈਡਰੇਸ਼ਨ ਦੇ ਵੀ ਸੰਦੀਪ ਸੰਧੂ ਪ੍ਰਧਾਨ ਆ ਜਿੰਨੇ ਵੀ ਪ੍ਰਮੋਟਰ ਆ ਸਾਰੇ ਤਕਰੀਬਨ ਜਿੰਨੇ ਵੀ ਉਹ ਸਾਰੇ ਆਏ ਹੋਏ ਆ ਸਾਰਿਆਂ ਨੇ ਤਕਰੀਬਨ ਸਾਰਿਆਂ ਨੇ ਪਹੁੰਚ ਜਾਣਾ ਜਾਣੀ ਵਰਲਡ ਦੀਆਂ ਜਿੰਨੀਆਂ ਵੀ ਕਬੱਡੀ ਫੈਡਰੇਸ਼ਨ ਇੰਗਲੈਂਡ ਫੈਡਰੇਸ਼ਨ ਦੇ ਵੀ ਸ਼ਾਇਦ ਮੈਨੂੰ ਲੱਗਦਾ ਵੀ ਪਾਲਾ ਸੋਤਾ ਜੀ ਜਨਰਲ ਸੈਕਟਰੀ ਉਹ ਵੀ ਪਹੁੰਚੇ ਹੋਏ ਆ ਉਹਨਾਂ ਨੇ ਵੀ ਆਉਣਾ ਅਤੇ ਸਮੁੱਚੀ ਮੇਜਰ ਲੀਗ ਫੈਡਰੇਸ਼ਨ ਦਾ ਸਾਰੀ ਦਾ ਕੱਪ ਆ ਮੇਜਰ ਲੀਗ ਨਾਲ ਹੁਣ ਤੁਹਾਨੂੰ ਪਤਾ ਹੀ ਹੈ ਜੀ ਜਿੰਨੇ ਪ੍ਰਮੋਟਰ ਜੁੜੇ ਹੋਏ ਆ ਜਾਂ ਹਰ ਸਾਲ ਆਪਣੇ ਜਿਹੜੇ ਸਪੋਂਸਰ ਆ ਉਹ ਵੀ ਪਹੁੰਚੇ ਹੋਏ ਜਾਸੋਲ ਅੰਟਾਰੀਓ ਤੋਂ ਉਹ ਵੀ ਆਏ ਹੋਏ ਆ ਅਤੇ ਦੀਪੀ ਸਿੱਧੂ ਰਕਬਾ ਜਿਨ੍ਹਾਂ ਵੱਲੋਂ ਟਰੈਕਟਰ ਦਿੱਤਾ ਜਾ ਰਿਹਾ ਇੱਕ ਉਹਨਾਂ ਦੇ ਮਿੱਤਰ ਜੰਟਾ ਧੂਰਕੋਟ ਉਹ ਵੀ ਆਏ ਹੋਏ ਆ ਬਾਈ ਲੱਭੀ ਹੋਣੀ ਨੰਗਲ ਉਹ ਵੀ ਸਾਰੇ ਜਿਨ੍ਹਾਂ ਨੇ ਵੱਲੋਂ ਮੋਟਰਸਾਈਕਲ ਬੈਸਟ ਆਪਣੇ ਦਰਸ਼ਕਾਂ ਲਈ ਲੱਕੀ ਕੂਪਨ ਦਿੱਤਾ ਜਾਣਾ ਉਹ ਵੀ ਪਹੁੰਚੇ ਹੋਏ ਆ ਸਾਰੇ ਜਾਣੀ ਤਕਰੀਬਨ ਸਾਰੀ ਪ੍ਰਮੋਟਰਾਂ ਦੀ ਕਰੀਮ ਵੀ ਅਤੇ ਜਿੱਥੇ ਹੁਣ ਜਿੰਨੇ ਕੱਪ ਹੋਏ ਆ ਮੇਜਰ ਲੀਗ ਦੇ ਉਹਨਾਂ ਨਾਲ ਜਿਹੜੇ ਪਲੇਅਰ ਨਹੀਂ ਖੇਡਦੇ ਸੀ ਦਰਸ਼ਕਾਂ ਦੇ ਮਨ 'ਚ ਹੁੰਦਾ ਸੀ ਵੀ ਆਹ ਪਲੇਅਰ ਐਂ ਨਹੀਂ ਖੇਡਦਾ ਕੱਲ੍ਹ ਨੂੰ ਸਾਰੀਆਂ ਪ੍ਰੋਪਰ ਟੀਮਾਂ ਜਿਹੜੀਆਂ ਉਹ ਨੰਗਲੰਬੀਆਂ ਤੋਂ ਸ਼ੁਰੂਆਤ ਹੋ ਜਾਣੀ ਜਿਹੜੇ ਪਲੇਅਰ ਨਹੀਂ ਦੇਖੇ ਉਹ ਵੀ ਕੱਲ੍ਹ ਨੂੰ ਗਰਾਊਂਡ ਦੇ ਵਿੱਚ ਆਉਣਗੇ ਜੀ ਸੋ ਕੁੱਲ ਮਿਲਾ ਕੇ ਜਿਹੜੇ ਦੁਨੀਆ ਦੇ ਟੌਪ ਦੇ ਕਬੱਡੀ ਦੇ ਖਿਡਾਰੀ ਵੀ ਪਹੁੰਚਣਗੇ ਅਤੇ ਦੁਨੀਆ ਭਰ ਦੇ ਜਿਹੜੇ ਖੇਡ ਪ੍ਰਮੋਟਰ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਸਾਰੇ ਜਿਹੜੇ ਪਹੁੰਚ ਸਕਦੇ ਪਹੁੰਚਣਗੇ ਅਤੇ ਜਿਹੜੇ ਨਹੀਂ ਪਹੁੰਚਣਗੇ ਉਹਨਾਂ ਦੀ ਨਿਗਾਹ ਇਸ ਕਬੱਡੀ ਕੱਪ 'ਤੇ ਜ਼ਰੂਰ ਰਹੂਗੀ ਸੋ ਨੰਗਲੰਬੀਆਂ ਪਿੰਡ ਦੇ ਜਿਹੜੇ ਆਪਣੇ ਮੋਤਵਾਰ ਬੰਦੇ ਨੇ ਪ੍ਰਬੰਧਕ ਨੇ ਉਹ ਵੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਤੁਸੀਂ ਇਸ ਕਬੱਡੀ ਕੱਪ 'ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਤੁਸੀਂ ਇਸ ਕਬੱਡੀ ਕੱਪ ਨੂੰ ਕਵਰੇਜ ਕਰਕੇ ਅਤੇ ਵਰਲਡ ਵਿੱਚ ਬੈਠੇ ਹੋਏ ਦੇਸ਼ਾਂ ਵਿਦੇਸ਼ਾਂ ਬੈਠੇ ਹੋਏ ਲੋਕਾਂ ਤੱਕ ਤੁਸੀਂ ਇਹ ਜਿਹੜਾ ਵਰਲਡ ਕੱਪ ਆ ਇਹਦੀ ਪਹੁੰਚ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਇਹ ਜਿਹੜਾ ਕਬੱਡੀ ਕੱਪ ਨੰਗਲੰਬੀਆਂ ਦੇ ਵਿੱਚ ਹੁੰਦਾ ਤਕਰੀਬਨ ਇਹ ਪੰਜਵਾਂ ਕਬੱਡੀ ਕੱਪ ਆ ਇਸ ਕਬੱਡੀ ਕੱਪ ਦੇ ਨਾਲ ਤਕਰੀਬਨ ਜਿਹੜਾ ਵਰਲਡ ਜੁੜਿਆ ਹੋਇਆ ਨਾਲ ਜਿਹੜਾ ਇਲਾਕਾ 'ਤੇ ਜੁੜਿਆ ਅਤੇ ਵਰਲਡ ਜੁੜਿਆ ਹੋਇਆ ਅਤੇ ਵਰਲਡ ਦੇ ਜਿੰਨੇ ਵੀ ਤਕਰੀਬਨ ਸਾਰੇ ਵੱਖਰੇ ਵੱਖਰੇ ਕਬੱਡੀਆਂ ਦੇ ਗਰੁੱਪ ਆ ਫੈਡਰੇਸ਼ਨਾਂ ਨੇ ਉਹ ਸਾਰੀਆਂ ਇਸ ਕੱਪ ਦੇ ਨਾਲ ਜੁੜੀਆਂ ਨੇ
ये मेजर लीग कप जिहड़ा हो रहा ये संदीप सिंह जी दे मतलब उदम नाल ते जिहड़ा इहदी अरेंजमेंट कई दिनों तो तकरीबन मेरा ख्याल 21-22 दिन तो इत्थे जिहड़े साडे नगर दे नौजवान आ उन्हां मुंडिया ने बड़ी ही उदम दे नाल ते उत्साह दे नाल जिहड़ी इत्थों दी ग्राउंड दी तैयारी कीती आ प्रबंध किए आ क्योंकि जिहड़े इत्थे दर्शक वेखण वाले आउणे आ साडे पिंड दे नौजवानां दे दिल विच इह हुंदी आ कि जिहड़ा वी एड्डी दूरों देखण वास्ते आउंदा उहनूं कोई देखण विच मुश्किल ना आवे उन्हां दी मुश्किल नूं सोचदा होइआं जिहड़ा प्रबंध आ उह आए साल वधिया कीता जांदा इत्थे जो लंगर दा पाणी दा सारा प्रबंध करके चाह पाणी दा प्रबंध करके बैठण दा प्रबंध करके साडे पिंड दे नौजवान जिहड़े आ उह सरदार अंग्रेज सिंह जी फौजी दी हाजरी दे विच इत्थे कई दिनां तों तकरीबन ग्राउंड दी तैयारी कर रहे आ ते बहुत वधिया जिहड़ी तैयारी आ उह होई आ इस कबड्डी कप तो खिडारियों नू साडे कबड्डी खिडारियों नू बहुत ज़्यादा उत्साह मिलिया क्योंकि मेरा ख्याल है मैनू हुण वी मैं आ रहा सीगा ते मैनू कुछ नौजवान मुंडे शाहकोट विच मिले आ जिन्हां ने पुछया कि अंकल जी कल कबड्डी कप फिर हो रहा ते कहिंदे वी इहो जिहा कबड्डी कप नहीं असीं किते वी देखिया ते ना किते देखणा ही आ मैं कहा वी इह ते परमात्मा दी माता पंजाब कौर दी कृपा दे सदका ही आ तां कि मतलब इह आ वी जिहड़ा इह कबड्डी कप नंगलंबिया दे विच हुंदा असीं ये कहने परमात्मा माता पंजाब कौर जी सरदार संदीप सिंह ते NRI वीरां नूं सारिआं नूं जिहड़ा वा मतलब तंदुरुस्ती देवे ते इह जिहड़ा आउण वाले समें विच इहदों वी वध जिहड़ा वा उह समां मिलदा रहे क्योंकि पिछले साल कुछ मजबूरियां करके आ करोना वायरस दा करके पिछले साल नहीं होया ते साडे पिंड दे नौजवानां नूं इदां ही पता नहीं साडे कोल की खुस गया हांजी ऐतकी चलो परमात्मा ने समां दित्ता ते बड़ी खुशहाली आ साडे विच इक घाट वी आई आ कि थोड़े दिन पिछले महीने 3 January में साडा एक नौजवान मुंडा जिहड़ा कि नाल बहुत काम करता है गुरप्रीत सिंह गोपी वो साडे विच नहीं रहा अज उहदियां यादां साडे विच ने हैगियां वो साडे नौजवानां नूं घाट वी पई आ पर फिर भी ये जिहड़ा लीग कप है इहदी तैयारी की गई आ सो इस वास्ते तुहाडा भी टीम का बहुत बहुत धन्यवाद आ सो इन्ना कहिंदा होया वाहिगुरू जी खालसा वाहिगुरू जी की फतेह बहुत बहुत धन्यवाद भाई संदीप हुणां दे नाल फिर गलबात करदे आ ਬਾਈ ਜਿਹੜੇ ਇਨਾਮ ਨੇ ਸਾਰਿਆਂ ਨੂੰ ਪਤਾ 3 lakh ਪਹਿਲਾ ਨਾਮ ਹੈ ਹਾਂਜੀ ਸਾਡਾ ਇਹ ਪਹਿਲਾ ਨਾਮ 3 lakh ਰੁਪਇਆ ਹਰ ਸਾਲ ਤਰ੍ਹਾਂ ਸ਼ੀਰਾ ਭਾਜੀ ਫਰਾਂਸ ਤੋਂ ਉਹ ਦੇ ਰਹੇ ਆ ਦੂਜਾ ਪ੍ਰਾਈਜ਼ 2 lakh ਰੁਪਇਆ ਸਾਡੇ ਬੇਰੀਆ ਕੈਲੀਫੋਰਨੀਆ ਦੇ ਮੱਖਣ ਸਿੰਘ ਬੈਂਸ ਅਤੇ ਗਿਆਨੀ ਰਵਿੰਦਰ ਸਿੰਘ ਰਾਜਾ ਸਵੀਟ ਸੈਂਟਰ ਵਾਲੇ ਉਹ ਦੇ ਰਹੇ ਆ ਬੈਸਟ ਟ੍ਰੇਡਰ ਨੂੰ ਇੱਕ ਟ੍ਰੇਡਰ ਦੇ ਰਿਹਾ ਦੀਪੀ ਸਿੱਧੂ ਰਕਵੇਲਾ ਬਾਈ ਅਤੇ ਇੱਕ ਟ੍ਰੇਡਰ ਸਰਦਾਰ ਬਲਵਿੰਦਰ ਸਿੰਘ ਚੱਠਾ ਅਤੇ ਬਾਲਾ ਟਵਾਲ ਇੰਗਲੈਂਡ ਤੋਂ ਉਹ ਦੇ ਰਹੇ ਆ ਸੋਨਾਲੀਕਾ ਟਰੈਕਟਰ ਹਾਂਜੀ ਸੋਨਾਲੀਕਾ ਟਰੈਕਟਰ 3 speed 52 ਹਾਊਸ ਪਾਵਰ ਨਵੇਂ ਟਰੈਕਟਰ ਦੇ ਰਹੇ ਆ ਵਧੀਆ ਟਰੈਕਟਰ ਇਹਦਾ ਅਤੇ ਬਾਕੀ ਜਿਹੜਾ ਸਾਡੇ ਪਹਿਲੇ ਰਾਊਂਡ ਦੇ ਮੈਚ 'ਚ ਆਪਣੇ 'ਚ ਉਹ ਬੈਸਟ ਟਰੈਕਟਰ ਅਤੇ ਸਟੋਪ ਨੂੰ 15-15 ਹਜ਼ਾਰ ਰੁਪਏ ਹੋਊਗਾ ਸੈਮੀਫਾਈਨਲ ਮੈਚਾਂ ਦੇ 31-31 ਪਹਿਲੇ ਜਿਹੜੇ ਕੁਆਟਰ ਫਾਈਨਲ ਦੇ 4 ਮੈਚ ਹੋਣਗੇ ਕੁਆਟਰ ਰਾਊਂਡ ਦੇ ਉਹਦੇ ਬੈਸਟ ਟਰੈਕਟਰ ਅਤੇ ਬੈਸਟ ਜਾਫੀ ਕੱਢੇ ਜਾਣਗੇ 15-15 ਹਜ਼ਾਰ ਹਾਂਜੀ ਉਹਨੂੰ 15-15 ਹਜ਼ਾਰ ਰੁਪਇਆ ਫਿਰ ਸੈਮੀਫਾਈਨਲ 'ਚ ਆਪਾਂ ਉਹਨੂੰ 31-31 ਰੁਪਏ ਕੈਸ਼ ਬੈਸਟ ਟਰੈਕਟਰ ਅਤੇ ਸਟੋਪਰ ਨੂੰ ਅਤੇ ਫਾਈਨਲ ਵਿੱਚ ਟਰੈਕਟਰ ਆ ਜੀ ਅਤੇ ਬਾਕੀ ਦਰਸ਼ਕਾਂ ਲਈ ਦੋ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਆਪਣੇ ਸਾਡੇ ਸਰਦਾਰ ਗੁਰਮੀਤ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੀ ਟੀਮ ਆ ਜੀ ਲੰਗਰ ਦੀ ਸੇਵਾ ਜੀ ਕਰਦੇ ਆ ਇੰਨੇ ਵੱਡੇ ਇਕੱਠ ਨੂੰ ਇੰਨਾ ਵੱਡਾ ਪ੍ਰਬੰਧ ਕਰਨਾ ਉਹ ਵੀ ਪਿਛਲੇ 4-5 ਦਿਨਾਂ ਤੋਂ ਪੂਰੇ ਰੁੱਝੇ ਆ ਮੈਂ ਅਸੀਂ ਆਪਣੇ ਵੱਲੋਂ ਆਪਣੇ ਜਿੰਨੇ ਸਾਡੇ ਆ ਕਮੇਟੀ ਆ ਪਿੰਡ ਦੇ ਨਗਰ ਵਾਸੀ ਆ ਉਹਨਾਂ ਵੱਲੋਂ ਸਰਦਾਰ ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਅਤੇ ਉਹਨਾਂ ਸਾਥੀਆਂ ਦਾ ਜਿੰਨੇ ਵੀ ਉਹਨੇ ਟੀਮ ਆ ਅਸੀਂ ਤਹਿ ਦਿਲ ਧੰਨਵਾਦ ਕਰਦੇ ਹਾਂ ਮੈਚ ਛੱਡ ਕੇ ਲੰਗਰ ਦਾ ਪ੍ਰਬੰਧ ਕਰਦੇ ਆ ਕਿਉਂਕਿ ਦਰਸ਼ਕਾਂ ਨੇ ਆਉਣਾ ਲੰਗਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਅਸੀਂ ਮੈਂ ਆਪਾਂ ਨੂੰ ਸਪੈਸ਼ਲ ਉਹਨਾਂ ਤਾਏ ਜੀ ਦਾ ਧੰਨਵਾਦ ਕਰਦਾ ਵੀ ਉਹ ਆਪਣਾ ਟਾਈਮ ਕੱਢ ਕੇ ਆਪਣਾ ਇਹ ਲੰਗਰ ਦੀ ਸੇਵਾ ਕਰਦੇ ਆ ਬਾਕੀ ਸਾਡੇ ਜਿੰਨੇ ਸਪੌਂਸਰ ਆ ਜੀ ਦੇਖੋ ਐਡਾ ਵੱਡਾ ਕੰਮ ਇੱਕ ਦੋ ਜਾਣਦਾ ਨਹੀਂ ਗਾ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਿਨ ਕਹੇ ਆਪਣਾ ਵੱਡਾ ਯੋਗਦਾਨ ਪਾਇਆ ਸਾਰੇ ਮੇਰੇ ਸੱਜਣ ਮਿੱਤਰ ਭਰਾ ਮੇਰੇ ਪਿੰਡ ਦੇ ਬਾਹਰਲੇ ਪਿੰਡਾਂ ਦੇ ਜਿੰਨੇ ਸਾਡੇ ਕਲੱਬਾਂ ਵਾਲੇ ਆ ਸਾਰੇ ਮੈਂ ਨਾਮ ਨਹੀਂ ਲਿਖਦਾ ਪਰ ਜਿਨ੍ਹਾਂ ਦੇ ਨਹੀਂ ਵੀ ਨਾਮ ਬੋਲੇ ਗਏ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਵੱਡੇ ਸਹਿਯੋਗ ਨੇ ਉਹਨਾਂ ਦੇ ਸਹਿਯੋਗਾਂ ਦੇ ਸਦਕਾ ਐਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਰ ਐਡਾ ਕਬੱਡੀ ਕੱਪ ਕਰਾਉਣਾ ਬੜਾ ਔਖਾ ਇੰਨੇ ਦਰਸ਼ਕ ਸਾਹਮਣੇ ਬੜੇ ਔਖੇ ਨੇ ਪਰ ਜਿਹੜੀ ਬਾਈ ਤੁਹਾਡੀ ਮੈਂ ਟੀਮ ਦੇਖ ਰਿਹਾ ਤੁਹਾਨੂੰ ਮੈਂ ਮੁਬਾਰਕਬਾਦ ਦੇ ਰਿਹਾ ਤੁਹਾਡੇ ਪਿੰਡ ਦੇ ਲੋਕਾਂ ਦੇ ਵਿੱਚ ਬੱਚਿਆਂ ਨੌਜਵਾਨਾਂ ਬਜ਼ੁਰਗਾਂ 'ਚ ਸਾਰਿਆਂ ਦੇ ਵਿੱਚ ਵੱਡਾ ਉਤਸ਼ਾਹ ਆ ਕਿ ਦਰਸ਼ਕਾਂ ਦੀ ਬਹੁਤ ਵਧੀਆ ਖਾਤਰ ਕੀਤੀ ਜਾਊਗੀ ਹਾਂਜੀ ਹਾਂਜੀ ਭਾਈ ਜਦੋਂ ਆਮ ਦੇਖਦੇ ਹਾਂ ਤੁਹਾਡਾ ਪਿੰਡ ਜਿਹੜੇ ਤੁਹਾਡੇ ਨੌਜਵਾਨ ਮੁੰਡੇ ਆ ਤੁਹਾਡਾ ਸਾਥ ਦਿੰਦੇ ਆ ਸਿਆਣੇ ਬਜ਼ੁਰਗ ਸਲਾਹ ਦਿੰਦੇ ਆ ਅਤੇ ਤੁਸੀਂ ਹਮੇਸ਼ਾ ਕਾਮਯਾਬ ਹੋਵੋਗੇ ਸਾਡੇ ਦੇਖੋ ਹੁਣ ਵੀ ਨੌਜਵਾਨ ਮੁੰਡੇ ਸਵੇਰ ਦੇ ਆ ਜਾਂ ਗਰਾਊਂਡ 'ਚ ਲੱਗੇ ਹੋਏ ਜਗਨ ਰੋੜੀਆਂ ਹੈ ਨਾ ਸਾਡੇ ਹੁੰਦੀ ਮੇਨ ਗਰਾਊਂਡ ਜਿੰਨੇ ਵੀ ਪਲੇਅਰ ਆ ਮੈਨੂੰ ਸਾਡੇ ਜਿੰਨੇ ਕਹਿ ਲਓ ਉਹ ਜੋ ਆਉਂਦੇ ਆ ਕਹਿੰਦੇ ਗਰਾਊਂਡ ਦੇ ਸਾਡਾ ਮਤਲਬ ਆਟੋਮੈਟਿਕ ਸਾਡਾ ਸਰੀਰ ਇੱਦਾਂ ਹੁੰਦਾ ਵੀ ਕਰੰਟ 'ਚ ਜਾਂਦਾ ਵੀ ਇੰਨੀ ਵਧੀਆ ਮਲਾਈ ਵਰਗੀ ਗਰਾਊਂਡ ਆ
ਇੱਥੇ ਅਜੇ ਤੱਕ ਕਿਸੇ ਪਲੇਅਰ ਦੀ ਰਗੜ ਨਹੀਂ ਲੱਗੂਗੀ। ਜਾਫੀ ਲਈ ਉੱਦਾਂ ਦੀ ਆ, ਰੇਡਰ ਦੀ ਉੱਦਾਂ ਦੀ ਆ, ਬਹੁਤ ਵਧੀਆ ਗਰਾਊਂਡ ਬਣਾਈ ਗਈ ਆ। ਅਤੇ ਚਲੋ ਬਾਕੀ ਪਰਵਾਂ ਦਾ ਕਿਰਪਾ ਪਾਏ ਕਹਿੰਦੇ ਹਾਂ ਵੀ ਕਿਸੇ ਪਲੇਅਰ ਸੱਟ ਪਿਆ ਨਾ ਲੱਗੇ, ਸਾਰੇ ਲੋਕ ਦਰਸ਼ਕਾਂ ਨੂੰ ਆਉਣਾ ਆ, ਆਨੰਦ ਮਾਣਨ ਮੈਚਾਂ ਦਾ, ਅਤੇ ਹਰ ਇੱਕ ਪਲੇਅਰ ਜਿੱਤਣ ਲਈ ਆਉਣਾ ਆ। ਚਲੋ ਜਿਹਨੇ ਮਿਹਨਤ ਕੀਤੀ ਆ, ਜਿਹਦੀ ਕਿਸਮਤ ਉਹਨੇ ਜਿੱਤ ਜਾਣਾ ਆ, ਪਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਸਾਡੇ ਨਗਰ ਵਾਸੀਆਂ ਦਾ, ਆਪਣੇ NRI ਵੀਰਾਂ ਦਾ, ਜਿਹਨੇ ਸਹਿਯੋਗ ਨਾਲ ਐਡਾ ਵੱਡਾ ਕੱਪ ਹੋਇਆ। ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਦਰਸ਼ਕਾਂ ਨੂੰ ਕਰਦਾ ਵੀ ਤੁਸੀਂ ਪਹੁੰਚੋ ਹੋਵੋ, ਆ ਕੇ ਟਾਈਮ ਨਾਲ ਆਇਓ ਤੁਹਾਡੇ ਬੈਠਣ ਵਾਸਤੇ। ਹਰ ਸਾਲ ਅਸੀਂ ਬਹੁਤ ਵਧੀਆ ਕਰਦੇ ਹਾਂ, ਪਰ ਫਿਰ ਵੀ ਉਹ ਸਾਡਾ ਐਡਾ ਵੱਡਾ ਕੀਤਾ ਕੰਮ ਛੋਟਾ ਪੈ ਜਾਂਦਾ ਜੀ, ਕਿਉਂਕਿ ਦਰਸ਼ਕਾਂ ਦਾ ਪਿਆਰ ਹੈ ਇੰਨਾ, ਇਕੱਠ ਬਹੁਤ ਵੱਡੀ ਗਿਣਤੀ 'ਚ ਹੋ ਜਾਂਦਾ। ਹਾਂਜੀ, ਇਕੱਠ ਬਹੁਤ ਹੋ ਜਾਂਦਾ ਜੀ। ਅਤੇ ਮੈਂ ਦਰਸ਼ਕਾਂ ਨੂੰ, ਤੁਸੀਂ ਟਾਈਮ ਨਾਲ ਪਹੁੰਚਿਓ, ਤੁਹਾਨੂੰ ਇੱਕ ਵਧੀਆ ਸਾਫ ਸੁਥਰੀ ਕਬੱਡੀ, ਤੁਹਾਡੀ ਸਾਡੀ ਹੀ ਪੂਰੀ ਸੇਵਾ ਤੁਹਾਡੀ ਹੋਊਗੀ, ਆਪਣੇ ਪੂਰੀ ਕੋਸ਼ਿਸ਼ ਕਰਾਂਗੇ। ਚਲੋ ਕੋਈ ਕਮੀਆਂ ਰਹੀਆਂ ਅਸੀਂ ਅਗਾਂਹ ਫਿਰ ਪੂਰੀਆਂ ਕਰਾਂਗੇ, ਪਰ ਕਮੀਆਂ ਨੂੰ ਭਾਈ ਜਿਹੜੇ ਇਕੱਠ 'ਚ ਆਪਾਂ ਜੋ ਸੋਚਦੇ ਹਾਂ ਉਹ ਜ਼ਿਆਦਾ ਹੋ ਜਾਂਦਾ। ਅਤੇ ਦਰਸ਼ਕਾਂ ਨੂੰ ਬੇਨਤੀ ਕਰਦਾ ਤੁਸੀਂ ਪਹੁੰਚੋ ਹੋਮ ਹੋ ਕੇ, ਮੌਸਮ ਬਹੁਤ ਵਧੀਆ, ਕੱਲ੍ਹ ਨੂੰ ਪੂਰੀ ਧੁੱਪ ਆ, ਅਤੇ ਤੁਹਾਡਾ ਹੀ ਇੰਤਜ਼ਾਰ ਕਰਦੇ ਹਾਂ ਜੀ। ਅਤੇ ਬਾਕੀ ਅਸੀਂ ਜਿਹੜੇ ਸਾਡੇ ਕਬੱਡੀ ਵਾਲਿਆਂ ਵੱਲੋਂ ਸਾਡੇ ਆਪਣਾ ਅੰਦੋਲਨ ਚੱਲਿਆ, ਜਿਹਨਾਂ ਕਿਸਾਨੀ ਅੰਦੋਲਨ ਯੋਗਦਾਨ ਸਹਿਯੋਗ ਪਾਇਆ, ਅਸੀਂ ਉਹਨਾਂ ਦਾ ਕੱਲ੍ਹ ਨੂੰ ਸਨਮਾਨ ਕਰਾਂਗੇ ਗਰਾਊਂਡ ਸੱਦ ਕੇ, ਸਾਡੇ ਜਿੰਨੇ ਕਬੱਡੀ ਵਾਲਿਆਂ ਨੇ ਕੀਤਾ, ਅਤੇ ਹੋਰ ਜਿਹਦਾ ਯੋਗਦਾਨ ਰਿਹਾ ਅਸੀਂ ਉਹ ਸਨਮਾਨ ਕਰਾਂਗੇ ਕੱਲ੍ਹ ਨੂੰ। ਅਤੇ ਹੋਰ ਵੀ ਬਾਕੀ ਮੌਕੇ 'ਤੇ ਸਨਮਾਨ ਤਾਂ ਬੁਲਟ ਮੋਟਰਸਾਈਕਲ ਉਹਦਾ ਲੱਭੂ ਦਾ ਆਇਆ ਜੀ, ਅਤੇ ਚਿੱਤੂ ਦਾ ਹੋਣਾ ਸਨਮਾਨ, ਤਾਂ ਬਾਬੇ ਨੀਕ ਦਾ ਸਨਮਾਨ ਹੋਣਾ, ਹੋਰ ਵੀ ਸਾਡੇ ਸਨਮਾਨ ਹੈਗੇ ਇੱਕ ਦੋ, ਅੰਮ੍ਰਿਤ ਛੰਨਾਲੇ ਦਾ ਬੁਲਟ ਮੋਟਰਸਾਈਕਲ ਸਨਮਾਨ ਹੋਣਾ, ਅਤੇ ਹੋਰ ਕੱਲ੍ਹ ਨੂੰ ਨਿਕਲਣ ਬਹੁਤ ਸਨਮਾਨ ਤਾ ਜੀ। ਉਹ ਅਸੀਂ ਸਾਰਾ ਆਪਣਾ ਪਲੇਨ ਬਣਾ ਕੇ ਉਹ ਅਸੀਂ ਉਸ ਤਰ੍ਹਾਂ ਕਰਾਂਗੇ। ਸੋ ਬਹੁਤ ਕੁਝ ਹੋਣਾ ਬਾਕੀ ਹੈ, ਬਹੁਤ ਬਹੁਤ ਧੰਨਵਾਦ ਬਾਈ ਸੰਦੀਪ ਹੋਣਾ ਦਾ, ਸਾਰੀ ਟੀਮ ਦਾ ਬਹੁਤ ਧੰਨਵਾਦ ਹੈ। ਜਿਹੜੇ ਦਰਸ਼ਕ ਆ ਸਕਦੇ ਨੇ ਉਹਨਾਂ ਨੂੰ ਇਹ ਅਪੀਲ ਹੈ, ਬੜੀ ਆਲਾ ਦਰਜੇ ਦੀ ਕਬੱਡੀ ਹੋਵੇਗੀ, ਅਤੇ ਦਰਸ਼ਕਾਂ ਦਾ ਇਸਤਕਬਾਲ ਪਿੰਡ ਵਾਲਿਆਂ ਵੱਲੋਂ ਬਹੁਤ ਚੰਗੇ ਤਰੀਕੇ ਨਾਲ ਕੀਤਾ ਜਾਵੇਗਾ, ਉਹ ਦਰਸ਼ਕ ਪੁੱਜ ਸਕਣ, ਅਤੇ ਜਿਹੜੇ ਨਹੀਂ ਆ ਸਕਦੇ ਉਹ ਲਾਈਵ ਕਬੱਡੀ ਦਾ ਆਨੰਦ ਮਾਣਨਗੇ। ਸੋ ਉੱਥੇ ਟੂਰਨਾਮੈਂਟ ਦੀ ਇੱਕ ਹੋਰ ਵਿਲੱਖਣਤਾ ਦੀ ਗੱਲ ਹੈ, ਕਿਸਾਨੀ ਜਿੱਥੇ ਖਿਡਾਰੀਆਂ ਦੇ ਸਨਮਾਨ ਕੀਤੇ ਜਾਣਗੇ, ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਯੋਧਿਆਂ ਨੇ ਸੰਘਰਸ਼ ਦੇ ਵਿੱਚ ਅੱਗੇ ਵੱਧ ਕੇ ਮੋਢਾ ਲਾਇਆ, ਉਹਨਾਂ ਦੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤੇ ਜਾਣਗੇ। ਬਾਈ ਟੋਨੀ ਸੰਧੂ ਰੁੜਕਾ ਕਲਾਂ ਵਾਲੇ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਖੇਡ ਜਗਤ ਦੀ ਦੁਆਬੇ ਦੀ ਨੁਮਾਇੰਦਗੀ ਕਰਦੇ ਹੋਏ ਵੱਡੇ ਯੋਗਦਾਨ ਪਾਏ ਆ, ਉਹਨਾਂ ਨੂੰ ਬੇ ਏਰੀਆ ਕਬੱਡੀ ਕਲੱਬ ਕੈਲੀਫੋਰਨੀਆ ਵਾਲੇ ਜਿਹੜੇ ਖੇਡ ਪ੍ਰਮੋਟਰ ਨੇ, ਸਾਡੇ ਭਰਾ, ਉਹਨਾਂ ਨੇ ਗੱਡੀ ਦੇਣ ਦਾ ਐਲਾਨ ਕੀਤਾ ਸੀ, ਪਰ ਬਾਈ ਹੁਣੀ ਕਹਿੰਦੇ ਕਿਰਪਾ ਹੈ ਵਾਹਿਗੁਰੂ ਦੀ। ਸੋ ਜਿਹੜਾ ਉਹ ਯੋਗਦਾਨ ਹੈ ਗੱਡੀ ਦੀ ਬਜਾਏ ਪਿੰਡ ਰੁੜਕਾ ਕਲਾਂ ਦੇ ਵਿੱਚ ਮਾਂ ਧਰਤੀ ਦੇ ਵਾਰਸਾਂ ਨੂੰ ਸਮਰਪਿਤ ਜਿਹੜੀ ਇੱਕ ਯਾਦਗਾਰ ਬਣਾਈ ਜਾਊਗੀ, ਜਿਹਦੇ ਲਈ ਜ਼ਮੀਨ ਵੀ ਬਾਈ ਹੁਣਾਂ ਨੇ ਆਪਣੇ ਕੋਲੋਂ, ਬਾਈ ਟੋਨੀ ਹੁਣਾਂ ਨੇ ਦਿੱਤੀ ਹੈ। ਸੋ ਉਸ ਯਾਦਗਾਰ ਦੇ ਵਿੱਚ ਸਹਿਯੋਗ ਪਾਇਆ ਜਾਊਗਾ ਬਾਈ ਬੇ ਏਰੀਆ ਕਬੱਡੀ ਕਲੱਬ ਕੈਲੀਫੋਰਨੀਆ ਵੱਲੋਂ, 500,000 ਦੇ ਨਾਲ ਉਹਨਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਸੋ ਤਕੜੀ ਕਬੱਡੀ ਹੋਵੇਗੀ ਨੰਗਲ ਅੰਬੀਆਂ ਦੀ ਇਸ ਗਰਾਊਂਡ ਦੇ ਵਿੱਚ, ਚਾਰੇ ਪਾਸੇ ਜਿਹੜੇ ਇਸ ਵੇਲੇ ਆਪਾਂ ਦੇਖਦੇ ਹਾਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਨੇ, ਖਾਲਸਾ ਨਿਸ਼ਾਨ ਖੰਡੇ ਇਸ ਵੇਲੇ ਝੂਲ ਰਹੇ ਨੇ ਗਰਾਊਂਡ ਦੇ ਵਿੱਚ, ਚਾਰੇ ਪਾਸੇ ਆਪਾਂ ਵੇਖ ਰਹੇ ਹਾਂ। ਸੋ ਦਰਸ਼ਕਾਂ ਨੂੰ ਇਹ ਬੇਨਤੀ ਹੈ, ਆਲਾ ਦਰਜੇ ਦੀ ਕਬੱਡੀ ਹੋਵੇਗੀ, ਜਿਹੜੇ ਦਰਸ਼ਕ ਪੁੱਜ ਸਕਦੇ ਨੇ ਜ਼ਰੂਰ ਪੁੱਜਣ। ਬਹੁਤ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਦਾ।